ਤੇ ਕਈ ਲੋਕ ਕਹਿੰਦੇ ਮੁੰਡੇ ਇਦਾਂ ਦੇ ਹੁੰਦੇ ਆ, ਮੁੰਡੇ ਉਦਾਂ ਦੇ ਹੁੰਦੇ ਆ। ਅੱਜ ਮੈਂ ਆਪਣੇ ਗਰੁੱਪ ਦੇ ਮੁੰਡਿਆਂ ਬਾਰੇ ਤੁਹਾਨੂੰ ਦੱਸੂੰਗੀ। ਬੇਗਾਨੇ ਦੇਸ਼ ਵਿੱਚ ਜ਼ਿੰਦਗੀ ਸ਼ੁਰੂ ਕਰਨ ਲਈ ਬਹੁਤ ਮੁਸ਼ਕਿਲ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ, ਤੇ ਸਾਡੇ ਗਰੁੱਪ ਦੀ ਹਰ ਇੱਕ ਕੁੜੀ ਇੰਨੀ ਕੁ ਰਿਲੈਕਸਡ ਤੇ ਕੌਨਫੀਡੈਂਟ ਹੈ ਕਿ ਕਿਸੇ ਵੀ ਟਾਈਮ ਉਹ ਕਿਸੇ ਵੀ ਮੁੰਡੇ ਨੂੰ ਕਾਲ ਕਰਕੇ ਆਪਣੀ ਪਰੇਸ਼ਾਨੀ ਦੱਸ ਸਕਦੀ ਹੈ ਤੇ ਅੱਗੋਂ ਮੁੰਡਾ ਪ੍ਰੋਬਲਮ ਸੋਲਵ ਕਰਨ ਨੂੰ ਤਿਆਰ ਰਹਿੰਦਾ। ਕੁੜੀਆਂ ਨੂੰ ਹਮੇਸ਼ਾ ਤੋਂ ਹੀ ਇੱਕ ਪ੍ਰੋਟੈਕਸ਼ਨ ਵਿੱਚ ਰੱਖਿਆ ਜਾਂਦਾ ਤੇ ਉਹੀ ਪ੍ਰੋਟੈਕਸ਼ਨ, ਸੇਫਟੀ ਤੇ ਸਿਕਿਉਰਿਟੀ ਸਾਨੂੰ ਇਹਨਾਂ ਨਾਲ ਫੀਲ ਹੁੰਦੀ ਹੈ ਤੇ ਇਹੀ ਦੇਖ ਕੇ ਸਾਡੇ ਘਰ ਦੇ ਵੀ ਰਿਲੈਕਸਡ ਹੈ ਕਿ ਸਾਡੀ ਕੁੜੀਆਂ ਸੇਫ ਤੇ ਸਿਕਿਉਰ ਨੇ। ਇੱਕ ਛੋਟੀ ਜਿਹੀ ਗੱਲ ਹੈ ਕਿ ਸਾਡੇ ਗਰੁੱਪ ਦੇ ਜੋ ਵੀ ਫੰਕਸ਼ਨ ਹੁੰਦੇ ਜਾਂ ਸੈਲੀਬ੍ਰੇਸ਼ਨਸ ਹੁੰਦੀਆਂ ਨਾ, ਅੱਜ ਤੱਕ ਕਿਸੇ ਵੀ ਕੁੜੀ ਦਾ ਹਿੱਸਾ ਨਹੀਂ ਪਵਾਇਆ ਗਿਆ। ਇੱਥੋਂ ਤੱਕ ਕਿ ਜਦੋਂ ਸਾਨੂੰ ਕੰਮ ਨਹੀਂ ਮਿਲਦਾ ਸੀ ਤੇ ਨਾਲ ਸਟੱਡੀ ਵੀ ਕਰਨੀ ਹੁੰਦੀ ਸੀ, ਉਦੋਂ ਵੀ ਸਾਨੂੰ ਕਿਹਾ ਸੀ ਕਿ ਪੜ੍ਹਾਈ ਚੱਜ ਨਾਲ ਕਰ ਲਿਓ, ਪੈਸੇ ਦੀ ਚਿੰਤਾ ਨਾ ਕਰਿਓ। ਬਾਹਰਲੇ ਦੇਸ਼ਾਂ 'ਚ ਆ ਕੇ ਇੱਦਾਂ ਦੀਆਂ ਫੈਮਿਲੀਜ਼ ਬਹੁਤ ਘੱਟ ਬਣਦੀਆਂ ਤੇ ਟਿਕੀਆਂ ਰਹਿੰਦੀਆਂ। ਮੁੰਡੇ ਕੁੜੀਆਂ ਨੂੰ ਉਵੇਂ ਹੀ ਟ੍ਰੀਟ ਕਰਦੇ ਆ ਜਿਵੇਂ ਕੁੜੀਆਂ ਪਹਿਲ ਕਰਦੀਆਂ।